ਸਪੀਕਰ ਸਾਹਿਬ ਰਵਿੰਦਰ ਸਿੰਘ ਲਿੱਤਰਾ ਹਰਮਿੰਦਰ ਸਿੰਘ ਚਲੂਪਰ ਬਲਦੀਰ ਸਿੰਘ ਰਾਮਗੜ੍ਹ ਚਰਮਲ ਸਿੰਘ ਗੋਰਸੀਆ ਪਿੰਡ ਜਿਹੜੇ ਕਿ ਨਕੋਦਰ ਸਾਕੇ ਦੇ ਸ਼ਹੀਦ ਜਿਹੜੇ ਕਿ 4 ਫਰਵਰੀ 1986 ਨੂੰ ਸ਼ਹੀਦ ਕਰ ਦਿੱਤੇ ਗਏ ਸਨ ਮੈਂ ਚਾਹੁੰਦਾ ਕਿ ਉਹਨਾਂ ਨੂੰ ਵੀ ਅੱਜ ਇੱਥੇ ਸ਼ਹੀਦ ਕਰਾਰ ਦੇ ਕੇ ਸ਼ੋਕ ਸਮਾਗ ਉਹਨਾਂ ਦੇ ਘਰ ਦੇ ਵਿੱਚ ਭੇਜਿਆ ਜਾਵੇ ਸਿੱਖ ਇਸ਼ੂ ਤੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਸ ਕਿਸਮ ਦੇ ਨਾਲ ਇੱਕ ਜਦੋਂ ਰਿਕਗਨਾਈਜ਼ ਕੀਤਾ ਗਿਆ ਕਿ ਸਟੇਟ ਫੋਰਸਸ ਦੇ ਕ੍ਰਾਈਮ ਦੇ ਨਾਲ ਉਹ ਬੰਦੇ ਮਾਰੇ ਗਏ ਨੇ ਤਾਂ ਤੁਸੀਂ ਕਿੱਦਾਂ ਦੇਖਦੇ 78 ਅਮਰਸਰ ਵਸਾਖੀ ਉਹ ਵੀ ਅਕਾਲੀ ਦਲ ਦੀ ਸਰਕਾਰ ਸੀ 1986 ਨਕੌਦਰ ਬੇਅਦਬੀ ਹਮ ਫਿਰ ਅਕਾਲੀ ਦਲ ਦੀ ਸਰਕਾਰ ਬਰਗਾੜੀ 215 ਬਹਿਬਲ ਫਿਰ ਅਕਾਲੀ ਦਲ ਦੀ ਸਰਕਾਰ ਤੇ ਇਨਸਾਫ ਹਰ ਇੱਕ ਨੂੰ ਮਿਲਣਾ ਚਾਹੀਦਾ ਹੈ ਅੱਜ ਇਹ ਅਸੈਂਬਲੀ ਦੇ ਵਿੱਚ ਕਿ ਮਤਾ ਲੈਂਦਾ ਗਿਆ ਹੈ ਇਹ ਬਹੁਤ ਵਧੀਆ ਗੱਲ ਹੈ ਲੇਕਰ ਮੈਂ ਨਾਲ ਇਹ ਵੀ ਕਹੂੰਗਾ ਕਿ ਸਾਰਿਆਂ ਨੂੰ ਹੀ ਏ ਟ੍ਰਿਬਿਊਟ ਪੇਟ ਇਹ ਜਿਹੜੀ ਫਾਇਰਿੰਗ ਹੈ ਇਹ ਪੁਲਿਸ ਵੱਲੋਂ ਹੋਈ ਹੈ ਤਾਂ ਹੁਣ ਜਦੋਂ ਸਟੇਟ ਦੀ ਅਸੈਂਬਲੀ ਇਹ ਗੱਲ ਦੀ ਟ੍ਰਿਬਿਊਟ ਦਿੰਦੀ ਹੈ ਉਹਨਾਂ ਨੂੰ ਸ਼ਹੀਦ ਦਿੰਦੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਸਟੇਟ ਦੀ ਪੁਲਿਸ ਸੀ ਉਸ ਮੌਕੇ ਤੇ ਉਹਨਾਂ ਨੇ ਕ੍ਰਾਈਮ ਕੀਤਾ ਤੇ ਜੇ ਅਸੈਂਬਲੀ ਦੇ ਵਿੱਚ ਤੁਸੀਂ ਉਹਨਾਂ ਨੂੰ ਟ੍ਰਿਬਿਊਟ ਪੇ ਕੀਤੇ ਹੈ ਫਿਰ ਇਹ ਲੌਜੀਕਲ ਅੱਗੇ ਗੱਲ ਚੱਲਦੀ ਹੈ ਕਿ ਉਹ ਇਨਕੁਆਇਰੀ ਉੱਪਰ ਕੀਤੀ ਜਾਵੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਮੁੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਬੈਠੇ ਰਹਿਣਗੇ ਸੁਰਜੀਤ ਪਾਤਰ ਦੀਆਂ ਇਹ ਸਤਰਾਂ ਨੇ ਨਕੋਦਰ ਗੋਲੀਕਾਂਡ ਦੇ ਹਵਾਲੇ ਨਾਲ ਇਹ ਕਾਫੀ ਰੂਪਮਾਨ ਜਾਪਦੀਆਂ ਨੇ ਤੇ 37 ਵਰੇ ਬਾਅਦ 4 ਫਰਵਰੀ 1986 ਨੂੰ ਜਿਹੜਾ ਕਾਂਡ ਵਾਪਰਿਆ ਸੀ ਜਿਸ ਦੇ ਵਿੱਚ ਚਾਰ ਨਿਰਦੋਸ਼ ਜਿਹੜੇ ਸਿੱਖ ਨੌਜਵਾਨ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਉਨਾਂ ਨੂੰ ਨਕੋਦਰ ਦੇ ਵਿੱਚ ਪੁਲਿਸ ਗੋਲੀ ਦਾ ਸ਼ਿਕਾਰ ਹੋਣਾ ਪਿਆ ਸੀ ਜਦੋਂ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਵਿਰੋਧ ਕਰ ਰਹੇ ਸੀਗੇ ਉਹਦਾ ਇਨਸਾਫ ਮੰਗਣ ਦੀ ਗੱਲ ਕਰਦੇ ਸੀ ਤਾਂ ਉਸ ਤੋਂ ਬਾਅਦ ਬਰਨਾਲਾ ਸਰਕਾਰ ਸੀ ਉਸ ਟਾਈਮ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਸਰਕਾਰਾਂ ਪੰਜਾਬ ਦੇ ਵਿੱਚ ਹੋ ਗਈਆਂ ਨੇ ਤਾਂ ਕਦੇ ਵੀ ਕਿਸੇ ਵੀ ਕਿਸਮ ਦਾ ਜਿਹੜਾ ਜਸਟਿਸ ਹੈ ਜਾਂ ਇੱਕ ਜਿਹੜੀ ਕ੍ਰਾਈਮ ਕੀਤੀ ਗਈ ਉਸ ਦੀ ਕੋਈ ਰਿਕੋਗਨਾਈਜ਼ੇਸ਼ਨ ਕਿਸੇ ਵੀ ਕਿਸਮ ਦੀ ਨਹੀਂ ਹੋਈ ਸੀ ਤਾਂ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਆਪ ਗਵਰਨਮੈਂਟ ਹੈ ਉਸਤੇ ਵੱਲੋਂ ਅਸੈਂਬਲੀ ਦੇ ਵਿੱਚ ਇੱਕ ਰੈਜ਼ੋਲੂਸ਼ਨ ਲਿਆਂਦਾ ਗਿਆ ਉਹਨਾਂ ਦੇ ਜਿਹੜੇ ਹਲਕਾ ਪਾਇਲ ਤੋਂ ਵਿਧਾਇਕ ਨੇ ਮਨਿੰਦਰ ਸਿੰਘ ਗਿਆਸਪੁਰਾ ਉਹਨਾਂ ਦੇ ਵੱਲੋਂ ਰੈਜ਼ੋਲੂਸ਼ਨ ਲਿਆਂਦਾ ਗਿਆ ਜਿਸ ਦੇ ਵਿੱਚ ਨਕੋਦਰ ਗੋਲੀकांड ਦੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਪੰਜਾਬ ਅਸੈਂਬਲੀ ਨੇ ਸ਼ਹੀਦ ਦਾ ਦਰਜਾ ਦਿੱਤਾ ਤਾਂ ਇਹ ਜਿਹੜਾ ਸਾਰਾ ਮੂਵ ਹੈ ਇਸ ਦਾ ਸਿੰਬੋਲਿਜ਼ਮ ਕੀ ਹੈ ਇਸ ਦੇ ਨਾਲ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਜਸਟਿਸ ਦੀ ਜਿਹੜੀ ਲੜਾਈ ਹੈ ਉਹ ਕਿੰਨੀ ਕੁ ਅੱਗੇ ਵਧੀ ਹੈ ਜਾਂ ਇਹ ਮਹਿਜ਼ ਇੱਕ ਸਿੰਬੋਲਿਜ਼ਮ ਹੈ ਤੇ ਜਾਂ ਜਿੱਦਾਂ ਦਾ ਵੀ ਇਹ ਹੋਇਆ ਇੰਨੇ ਸਾਲਾਂ ਬਾਅਦ ਇਹਦਾ ਮਾਇਨਾ ਕੀ ਹੈ ਇਹ ਸਾਰੇ ਨੁਕਤੇ ਆ ਤੇ ਆਪਾਂ ਗੱਲ ਕਰਾਂਗੇ ਸਾਡੇ ਨਾਲ ਸੀਨੀਅਰ ਜਰਨਲਿਸਟ ਜਗਤਾਰ ਸਿੰਘ ਜੀ ਨੇ ਜਿਹੜੇ ਕਿ ਬਹੁਤ ਨੇੜਿਓਂ ਇਹ ਸਾਰੇ ਮਸਲਿਆਂ ਨਾਲ ਪੰਥਕ ਮਸਲਿਆਂ ਨਾਲ ਆਪਾਂ ਪਹਿਲਾਂ ਵੀ ਵਿਚਾਰਾਂ ਦੀ ਸਾਂਝ ਪਾਉਂਦੇ ਰਹਿੰਦੇ ਆ ਬਹੁਤ ਨੇੜਿਓਂ ਜੁੜੇ ਹੋਏ ਨੇ ਪੰਜਾਬ ਦੀ ਸਿਆਸਤ ਨਾਲ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਨਕੂਦਰ ਗੋਲੀ ਕਾਂਡ ਦੇ ਜਿਹੜੇ ਪੀੜਤ ਨੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਸਿਆਸੀ ਮਾਇਨੇ ਕੀ ਨੇ ਸਰ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਬਹੁਤ ਸਾਰਾ ਕੁਝ ਪੰਜਾਬ ਨੇ ਦੇਖਿਆ ਫੇਕ ਇਨਕਾਊਂਟਰਾਂ ਤੋਂ ਲੈ ਕੇ ਬੇਦਬੀਆਂ ਦੇ ਕੇਸਾਂ ਤੱਕ ਪਰ ਸਿੱਖ ਇਸ਼ੂ ਤੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਸ ਕਿਸਮ ਦੇ ਨਾਲ ਇੱਕ ਜਦੋਂ ਰਿਕੋਗਨਾਈਜ਼ ਕੀਤਾ ਗਿਆ ਕਿ ਸਟੇਟ ਫੋਰਸਿਜ਼ ਦੇ ਕ੍ਰਾਈਮ ਦੇ ਨਾਲ ਉਹ ਬੰਦੇ ਮਾਰੇ ਗਏ ਨੇ ਤਾਂ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਮੈਂ ਤਾਂ ਇਹ ਪਰਸਨਲੀ ਫੀਲ ਕਰਦਾ ਹਾਂ ਕਿ ਪੰਜਾਬ ਦੇ ਵਿੱਚ 1980 ਤੋਂ ਲੈ ਕੇ 95 ਤੱਕ ਜੇ ਆਪਾਂ ਮਤਲਬ ਕੈਪਟਨ ਅਫਦਰ ਸਿੰਘ ਹੋਰਾਂ ਦੀ ਆਪਣੀ ਸਟੇਟਮੈਂਟ ਦੇਖੀਏ ਤੇ 35000 ਉਹਨਾਂ ਨੇ ਕਹੇ ਮਰੇ ਹੂੰ ਹੂੰ ਮੈਂ 40 ਤੋਂ 45 ਦੇ ਵਿੱਚ ਗੱਲ ਕਰਿਆ ਕਰਦਾ ਵੀ 40000 ਤੋਂ ਉੱਪਰ ਲੋਕ ਪੰਜਾਬ ਦੇ ਵਿੱਚ ਮਰੇ ਆ ਮੈਂ ਪਰਸਨਲੀ ਫੀਲ ਕਰਦਾ ਹਾਂ ਕਿ ਇਹ ਜਿਹੜੇ 40000 45000 ਲੋਕ ਮਰੇ ਆ ਭਾਵੇਂ ਕਿਸੇ ਪਾਸਿਓਂ ਮਰੇ ਜੀ ਉਹਨਾਂ ਨੂੰ ਅਸੈਂਬਲੀ ਦੇ ਵਿੱਚ ਇਸ ਤਰ੍ਹਾਂ ਹੀ ਕ੍ਰੈਡਿਟ ਦਿੱਤਾ ਜਾਂਦਾ ਜੀ ਜੀ ਇਹ ਸਿਆਸੀ ਨਰਾਇਸੀ ਜੀ ਤੇ ਜਿਹੜੇ ਮਰੇ ਉਹਨਾਂ ਦਾ ਕਸੂਰ ਕੋਈ ਨਹੀਂ ਸੀ ਜੀ ਮੈਂ ਜਿਹੜੇ ਇਨੋਸੈਂਟ ਮਰੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਇਨੋਕਟ ਤੋਂ ਭਾਵ ਜਨਰਲ ਪਬਲਿਕ ਦੂਰ ਪਾਸੇ ਤੋਂ ਕਿੰਨੇ ਵੀ ਸਿਕ ਵੀ ਹੱਤਰਾ ਦੇ ਲੋਕ ਹੂੰ ਸੋ ਇਹ ਸਧਾਰਨ ਤੌਰ ਤੇ ਮੈਂ ਕੰਨਾ ਹੋਣਾ ਚਾਹੀਦਾ ਹੈ ਕਿ ਉਹ ਸਾਰੇ ਜਿਹੜੇ ਵਿਕਟਮ ਦੇ ਗਏ ਉਹਨਾਂ ਨੂੰ ਤੁਸੀਂ ਟ੍ਰਿਬਿਊਟ ਪੇਸ਼ ਕਰੋ ਜੀ ਪਹਿਲਾ ਇਹ ਜੀ ਦੂਜਾ ਕਿਉਂਕਿ ਗਿੜਤੀ ਇੰਨੀ ਜ਼ਿਆਦਾ ਐ ਇਹਨਾਂ ਇਨਸੀਡੈਂਟ ਹੋਏ ਐ ਇਹ ਜਿਹੜਾ ਨਕੋਦਰ ਸੀਗਾ ਉਸਨੇ ਫੇਸ ਆਊਟ ਹੋ ਗਿਆ ਹੂੰ ਜੀ ਫਰਵਰੀ 1986 ਹਾਂ ਜੀ ਤੇ ਮੈਂ ਨਕੋਦਰ ਗਿਆ ਸੀ ਉਸ ਤੋਂ ਬਾਅਦ ਇੱਕ ਓਕੇ ਕਿਸੇ ਜਰਨਲਿਸਟ ਦੋਸਤ ਦੇ ਨਾਲ ਗਿਆ ਸੀ ਮੈਨੂੰ ਵੇਖ ਜਾ ਯਾਰ ਮੈਂ ਕਿਉਂ ਮੇਰਾ ਇੰਟਰਸਟ ਉਹ ਤੋਂ ਕੋਈ ਜ਼ਿਆਦਾ ਨਹੀਂ ਸੀ ਉਹਦਾ ਕਾਰਨ ਸੀ ਕਿ ਮੈਂ ਮੇਰੀ ਬੀੜ ਹਰਿਆਣਾ ਹੋ ਗਈ ਸੀ ਉਦੋਂ ਹੂੰ ਹੂੰ ਪੰਜਾਬ ਤੋਂ ਜੀ 85 ਦੇ ਵਿੱਚ ਮੈਂ ਸ਼ਿਫਟ ਕਰ ਦਿੱਤਾ ਗਿਆ ਸੀਗਾ ਹਰਿਆਣੇ ਦੇ ਵਿੱਚ ਜੀ ਤੇ ਅਸੀਂ ਇਜਾਰਾ ਆਲਮ ਨੂੰ ਵੀ ਬਣੇ ਸੀ ਐਸਐਸਪੀ ਸੀ ਉਸ ਵੇਲੇ ਉੱਤੇ ਯਾਦ ਆ ਮੈਨੂੰ ਹਮਮ ਜਿਹੜੀ ਗੱਲ ਇਹ ਮਤਲਬ ਉਹ ਰਿਪੀਟ ਤਾਂ ਨਹੀਂ ਕੀਤੀ ਜਾ ਸਕਦੀ ਜੋ ਕੁਝ ਹੋਇਆ ਸੀਗਾ ਬੜਾ ਇੱਕ ਇੰਟਰਸਟਿੰਗ ਕਨਸਿਡਰਸ ਹੈ ਜੀ 78 ਅਮਰਸਰ ਵਿਸਾਖੀ ਉਹ ਵੀ ਅਕਾਲੀ ਦਲ ਦੀ ਸਰਕਾਰ ਸੀ ਜੀ 1986 ਨਕੌਦਰ ਬੇਅਦਬੀ ਹਮ ਫਿਰ ਅਕਾਲੀ ਦਲ ਦੀ ਸਰਕਾਰ ਜੀ ਪਰ ਗਾੜੀ 2015 ਬਹਿਬਲ ਫਿਰ ਅਕਾਲੀ ਦਲ ਦੀ ਸਰਕਾਰ ਇਹ ਬੜਾ ਅਜੀਬ ਕਨਸਿਡਰੇਸ਼ਨ ਹੈ ਹਾਂਜੀ ਤੇ ਇਨਸਾਫ ਹਰ ਇੱਕ ਨੂੰ ਮਿਲਣਾ ਚਾਹੀਦਾ ਹੈ ਜੀ ਮੈਂ ਇਸ ਖਿਆਲ ਦੇ ਵਿੱਚ ਚੱਲਦਾ ਹੁੰਦਾ ਹਮੇਸ਼ਾ ਹੀ ਜੀ ਇਹ ਵੀ ਸੀ ਵਿਕਟਮ ਕੋਈ ਹੋਵੇ ਜੀ ਹਾਂਜੀ ਇਹ ਮੈਨੂੰ ਲੱਗਦਾ ਫੇਰ ਰੋਡ ਤਾਂ ਹੋ ਗਿਆ ਸੀਗਾ ਕਿ ਇਸ ਤੋਂ ਮਹੀਨੇ ਬਾਅਦ ਹੀ ਆਲਬੋਸ ਹੋਲੇ-ਮੱਲੇ ਤੇ ਰਣਪੁਰ ਸਾਹਿਬ ਸ਼ਰ ਗੋਲੀ ਚੱਲੀ ਸੀ अच्छा वो भी 6 स्टूडेंट फेडरेशन दी स्टेज ते ही चली सी अच्छा ਹੌਲੇ ਬਲਟਿਕ ਪਾਸੇ ਸਟੇਜ ਸੀਗੀ ਆਪਣੇ ਬਰਨਾਲਾ ਸਰਕਾਰ ਸੀ ਉਸ ਵੇਲੇ ਹਾਂਜੀ ਬਰਨਾਲਾ ਸਰਕਾਰ ਸੀ ਤੇ ਇੱਕ ਪਾਸੇ ਉਹਨਾਂ ਦੀ ਸਟੇਜ ਸੀ ਤੇ ਜਦੋਂ ਸਿੱਧੀ ਸੜਕ ਅੰਦਰ ਜਾਂਦੀ ਹੈ ਆਪਣੇ ਤਖਤ ਵਾਲੇ ਪਾਸੇ ਜੀ ਇੱਕ ਸਾਈਡ ਤੇ ਇਹਨਾਂ ਦੀ ਸਟੇਜ ਸੀ ਸਿੱਖ ਫੈਡਰੇਸ਼ਨ ਦੀ ਇੱਥੇ ਭਾਈ ਮੋਕਲ ਸਿੰਘ ਆਣ ਕੇ ਆਪਣੇ ਸਾਰੇ ਉੱਥੇ ਸੀਗੇ ਹੂੰ ਹੂੰ ਉੱਥੇ ਗੋਲੀ ਚੱਲ ਗਈ ਸੀ ਜੀ ਮੈਂ ਕਿਹਾ ਪੰਜ ਬੰਦੇ ਉੱਥੇ ਵੀ ਮਾਰੇ ਗਏ ਸੀ ਹੂੰ ਹੂੰ ਉੱਥੇ origignal ਏਜੰਡਾ ਸੀ ਵੀ ਇਹਨਾਂ ਨੇ ਜਾਣਾ ਸੀਗਾ ਐਸਵਾਈਐਲ ਨਹਿਰ ਦੇ ਵਿੱਚੋਂ ਬੋਲਿਕ ਮਿੱਟੀ ਪਾਉਣ ਹੂੰ ਹੂੰ ਲੇਕਿਨ ਉਹ ਸਿਚੁਏਸ਼ਨ ਸੱਡਨਲੀ ਵਿਗੜ ਗਈ ਤੇ ਉੱਥੇ ਗੋਲੀ ਚੱਲ ਗਈ ਸੀ ਪੁਲਿਸ ਨੇ ਗੋਲੀ ਚਲਾ ਦਿੱਤੀ ਜੀ ਸੋ ਇਹ ਇਸ ਕਰਕੇ ਮੇਰੇ ਖਿਆਲ ਨੇ ਵਿੱਚ ਇਹ ਫਿਰ ਫੇਡ ਆਊਟ ਹੋ ਗਈ ਹੌਲੀ ਹੌਲੀ ਕਿਉਂਕਿ ਲਗਾਤਾਰ ਇਨਸੀਡੈਂਟ ਐਸੇ ਹੋ ਰਹੇ ਸੀ ਪੂਰੀ ਸੀ ਕਿ ਤੇ ਉਸ ਤੋਂ ਬਾਅਦ ਕੁਝ ਲੋਕ ਉਧਰੋਂ ਪਾਕਿਸਤਾਨ ਚੋਂ ਆ ਰਹੇ ਸੀਗੇ ਬਾਰਡਰ ਤੇ ਵੱਡੇ ਇੰਕਾਊਂਟਰ ਹੋਈ ਤੇ ਅਕਾਲੀ ਸਰਕਾਰ ਸੀ ਉਥੇ ਮਾਰ ਦਿੱਤੇ ਗਏ ਸੀ ਸੋ ਇਹ ਜਿਹੜੇ ਇੰਸੀਡੈਂਟ ਸੀ ਨਾ ਇਹੋ ਜਿਹੇ ਲਕੋਦਰ ਹੋਇਆ ਜਿਵੇਂ ਇਹ ਫਿਰ ਦਬ ਕੇ ਰਹਿ ਗਏ ਸੀ ਜੀ ਤੇ ਮੈਂ ਆਪਣੇ 217 ਕਾਗਰਸ ਸਰਕਾਰ ਬਣਨ ਤੋਂ ਬਾਅਦ ਹੂੰ ਮੈਂ ਇਸ ਇਸ਼ੂ ਦੇ ਰਵਾਈਵਲ ਅਸੈਂਬਲਿਜ ਬੜੀ ਛੋਟੀ ਸੀ ਜੀ ਇੱਕ ਆਪ ਦੇ ਐਮਐਲਏ ਨੇ ਹੂੰ ਜਿਹੜਾ ਕੈਨੇਡਾ ਦੇ ਵਿੱਚ ਕਨੈਕਟਡ ਸੀ ਹੂੰ ਉਹਨੇ ਇਸ਼ੂ ਰੇਸ ਕੀਤਾ ਸੀ ਜੀ ਤੇ ਉਦੋਂ ਵੀ ਕਿਸੇ ਹੋਰ ਨੇ ਕੋਈ ਗੱਲ ਨਹੀਂ ਸੀ ਕੀਤੀ ਹੋਰ ਹੌਲੀ ਹੌਲੀ ਜ਼ੋਰ ਫੜ ਕੇ ਚੰਗੀ ਗੱਲ ਇਨਸਾਫ ਮਿਲਣਾ ਚਾਹੀਦਾ ਅੱਜ ਇਸ ਐਸੈਂਬਲੀ ਦੇ ਵਿੱਚ ਇਹ ਮਤਾ ਲਿਆਂਦਾ ਗਿਆ ਹੈ ਇਹ ਬਹੁਤ ਵਧੀਆ ਗੱਲ ਹੈ ਲੇਕਿਨ ਮੈਂ ਨਾਲ ਇਹ ਵੀ ਕਹੂੰਗਾ ਕਿ ਸਾਰਿਆਂ ਨੂੰ ਹੀ ਏ ਟ੍ਰਿਬਿਊਟ ਪੇਸ਼ ਕੀਤਾ ਜਾਵੇ ਇਹਨਾਂ ਨੂੰ ਇਨਸਾਫ ਮਿਲੇ ਇਹਨਾਂ ਦੀ ਇਨਕੁਆਰੀ ਹੋਈ ਵੀ ਹੈ ਜੀ ਮੈਂ ਮੈਂ ਉਸੇ ਗੱਲ ਤੇ ਤੁਹਾਨੂੰ ਆਉਣਾ ਕਿ ਜਿਹੜਾ ਸਾਰਾ ਮਸਲਾ ਹੈ ਮਤਲਬ ਕਿ ਇਹ ਨਕੂਤਰ ਗੋਲੀ ਕਾਂਡ ਦਾ ਜਿਹੜਾ ਹਿਸਟਰੀ ਹੈ ਉਹ ਹਿਸਟਰੀ ਦਸ਼ੋਕ ਕਿੱਦਾਂ-ਕਿੱਦਾਂ ਇਹਦੀ ਜਾਂਚ ਚੱਲੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਿਆ ਫਿਰ ਲਗਾਤਾਰ ਇਹਦੇ ਵਿੱਚ ਇੱਕ ਬੜਾ ਇੰਟਰਸਟਿੰਗ ਫੈਕਟਰ ਹੈ ਕਿ ਜਿਹੜੇ ਪਰਿਵਾਰ ਨੇ ਪੀੜਤ ਉਹ ਲਗਾਤਾਰ ਪੈਰਵਾਹੀ ਕਰਦੇ ਰਹੇ ਨੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਪੈਰਵਾਹੀਆਂ ਨਹੀਂ ਹੋਈਆਂ ਉਹਨਾਂ ਨੇ ਹੁਣ ਪਹਿਲਾਂ ਪਿਛਲੇ ਜਿਹੜੇ ਚੀਫ ਨੈਸ ਸੀ ਅਮਨਿੰਦਰ ਸਿੰਘ ਉਹਨਾਂ ਨੂੰ ਵੀ ਲੈਟਰ ਲਿਖੀ ਚਰਨਜੀਤ ਸਿੰਘ ਚੰਨੀ ਨੂੰ ਵੀ ਲਿਖੀ ਭਗਵੰਤ ਮਾਨ ਨੂੰ ਵੀ ਲਿਖੀ ਹੈ ਹੁਣ ਇਸੇ ਕਰਕੇ ਇਸ਼ੂ ਰਵਾਈਵ ਹੋ ਗਿਆ ਜੇ ਇਹ ਪੈਰਵਾਹ ਨਾ ਕਰਦੇ ਹੁੰਦੇ ਪੈਰ ਵੀ ਫਿਰ ਇਹ ਇਸ਼ੂ ਰਵਾਈਵ ਨਹੀਂ ਸੀ ਹੁੰਦਾ ਜੀ ਜੀ ਤਾਂ ਇਹਨਾਂ ਦੀ ਮਿਹਨਤ ਕਰਕੇ ਹੀ ਇਹ ਇਸ਼ੂ ਰਵਾਇ ਹੋਇਆ ਹੈ ਹੂੰ ਤੇ ਮੇਰੇ ਖਿਆਲ ਤਾਂ ਅੱਜ ਵੀ ਇਹ ਇਨਕੁਆਇਰੀ ਰੀਓਪਨ ਕਰ ਲੈਣੀ ਚਾਹੀਦੀ ਹੈ ਹੂੰ ਹੂੰ ਆਪਾਂ ਤਾਂ ਹੁਣ ਹੈ ਨਾ ਵੀ ਜਿਸ ਗੁਰਨਾਮ ਸਿੰਘ ਹਾਂਜੀ ਜਸਟਿਸ ਗੁਰਨਾਮ ਸਿੰਘ ਹਾਂਜੀ ਬਈ ਉਹਨਾਂ ਦੀ ਇੱਕ ਪਾਰਟ ਰਿਪੋਰਟ ਦਾ ਹਾਂ ਰਿਲੀਜ਼ ਹੋਇਆ ਟੇਬਲ ਹੋ ਗਿਆ ਸੀਗਾ ਉਸ ਦੇ ਦੂਸਰੇ ਦੀ ਡਿਮਾਂਡ ਹੈ ਹਾਂਜੀ ਦੂਸਰਾ ਪਾਰਟ ਨਹੀਂ ਸੀਗਾ ਉਹ ਸਰਕਾਰ ਰਿਲੀਜ਼ ਕਰੇ ਹੂੰ ਮੈਂ ਤਾਂ ਕਹਿੰਦਾ ਜਿਹੜੀਆਂ ਇਨਕੁਆਰੀ ਹੋਣ ਹੈ ਉਹ ਸਾਰੀਆਂ ਹੀ ਰਿਲੀਜ਼ ਕਰੋ ਕੋਈ ਵੀ ਨਹੀਂ ਹੋ ਰਹੀ ਨਾ ਜਸਸ ਕੌਂਕੇ ਦੀ ਵੀ ਨਹੀਂ ਹੋ ਰਹੀ ਜਸਸ ਕੌਂਕੇ ਤਿਵਾੜੀ ਕਮੇਟੀ ਹਾਂ ਆਪਾਂ ਬ੍ਰਾਡਰ ਇਸ਼ੂ ਨਹੀਂ ਹੈ ਹੂੰ ਹੂੰ ਦੇ ਇਹ ਬਹੁਤ ਸਾਰੇ ਮਸਲੇ ਨੇ ਮੰਨ ਲਓ ਇਹਨੂੰ ਆਪਾਂ ਇੱਕ ਕੇਸਟਡੀ ਦੇ ਤੌਰ ਤੇ ਲਈਏ ਜੇ ਨਕੂਤਰ ਗੋਲੀ ਕਾਹਨ ਨੂੰ ਤਾਂ ਇਹਦੇ ਵਿੱਚ ਇਹ ਹੈ ਕਿ ਇਹ ਜਿਹੜੀ ਫਾਇਰਿੰਗ ਹੈ ਇਹ ਪੁਲਿਸ ਵੱਲੋਂ ਹੋਈ ਹੈ ਹਾਂ ਤਾਂ ਹੁਣ ਜਦੋਂ ਸਟੇਟ ਦੀ ਅਸੈਂਬਲੀ ਇਹ ਗੱਲ ਦੀ ਟ੍ਰਿਬਿਊਟ ਦਿੰਦੀ ਉਹਨਾਂ ਨੂੰ ਸ਼ਹੀਦ ਦਿੰਦੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਸਟੇਟ ਦੀ ਪੁਲਿਸ ਸੀ ਉਸ ਮੌਕੇ ਤੇ ਉਹਨਾਂ ਨੇ ਕ੍ਰਾਈਮ ਕੀਤਾ ਦੋਸ਼ੀ ਘਰਾੜ ਐਕਟ ਹੋਣਾ ਚਾਹੀਦਾ ਹੈ ਹੈਨਾ ਮੈਂ ਇਸੇ ਕਾਸ ਕਰਕੇ ਕਿਹਾ ਹਾਂ ਜੀ ਕਿ ਇਹ ਇਨਕੁਆਇਰੀ ਰੀਓਪਨ ਕਰੋ ਹੂੰ ਹੂੰ ਰਾਦਰ ਕਿ ਜੱਜ ਜਸਸ ਗੁਰਨਾਬ ਸਿੰਘ ਦੀ ਰਿਪੋਰਟ ਦਾ ਬੇਪਾਰਟ ਕੋਈ ਵੀ ਹੋ ਟੇਬਲ ਹੋਵੇ ਚਲੋ ਉਹ ਵੀ ਹੋਵੇ ਹੂੰ ਹੂੰ ਲੇਕਿਨ ਇਹਦੇ ਚ ਕੋਈ ਹਾਰਮਨੀ ਹੈ ਜੇ ਨਵੇਂ ਸਿਰੇ ਤੋਂ ਇਹ ਖਾਈ ਲੈਵਲ ਇਨਕੁਆਇਰੀ ਸਾਰੇ ਕੇਸ ਦੀ ਹੋਵੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਟੈਬਿਊਟ ਪੇਸ਼ ਕਰਦੇ ਪੇ ਕਰਤਾ ਅੱਜ ਸ਼ਹੀਦ ਡਿਕਲੇਅਰ ਕਰਤਾ ਉਹਨਾਂ ਇਹਨੇ ਸੈਂਸ ਬਿਲਕੁਲ ਤੇ ਜੇ ਅਸੈਂਬਲੀ ਦੇ ਵਿੱਚ ਤੁਸੀਂ ਉਹਨਾਂ ਨੂੰ ਟ੍ਰਾਈਬਿਊਟ ਪੇ ਕੀਤੇ ਐ ਫਿਰ ਇਹ ਲੌਜੀਕਲ ਅੱਗੇ ਗੱਲ ਚੱਲਦੀ ਐ ਕਿ ਉਹ ਇਨਕੁਆਰੀ ਰੀ ਓਪਨ ਕੀਤੀ ਜਾਵੇ ਤੇ ਸੀਐਮ ਨੂੰ ਇਹ ਇਨਕੁਆਰੀ ਰੀ ਓਪਨ ਕਰਨੀ ਚਾਹੀਦੀ ਜੀ ਮੇਰੇ ਖਿਆਲ ਦੇ ਵਿੱਚ ਜੀ ਤਾਂ ਤੁਸੀਂ ਮੰਨਦੇ ਹੋ ਕਿ ਜਿਹੜੀ ਸਾਰੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੇ ਉਸ ਸਮੇਂ ਦੀਆਂ ਇਹਦੇ ਨਾਲ ਉਹ ਸਾਰਾ ਬ੍ਰੌਡਰ ਜਿਹੜਾ ਪਿੰਡੋਰਾ ਬਾਕਸ ਉਹ ਖੁੱਲਦਾ कि ਜੇ ਇਸ ਟੀਮ ਮੰਦੀ ਹੈ ਕਿ ਇਹ ਚਾਰ ਬੰਦੇ ਮਾਰੇ ਗਏ ਨੇ ਚਾਰ ਬੰਦੇ ਨੂੰ ਆਪਾਂ ਕੀ ਸਟੰਡੀ ਦੇ ਤੌਰ ਤੇ ਲਿਆ ਤੁਸੀਂ 40000 ਬੰਦੇ ਦੀ ਗੱਲ ਕੀਤੀ ਹੈ ਤਾਂ ਜੋ ਸਾਰਾ ਪਿੰਡੋਰਾ ਬਾਕਸ ਹੈ ਫਿਰ ਉਸ ਵੱਲ ਵੀ ਗੱਲ ਜਾਂਦੀ ਹੈ ਮੈਂ ਇਹਨੂੰ ਪਿੰਡੋਰਾ ਬਾਕਸ ਨਹੀਂ ਕਹਿੰਦਾ ਮੈਂ ਇਨਸਾਫ ਦੀ ਗੱਲ ਕਰਦਾ ਹੂੰ 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 ਮੈਂ ਜਿਹੜੀ ਪਹਿਲਾਂ ਗੱਲ ਕੀਤੀ ਕਿ 40 ਤੋਂ 50000 ਬੰਦਾ ਪੰਜਾਬ ਦੇ ਵਿੱਚ ਮਰਿਆ ਹੈ ਉਹਦੇ ਵਾਸਤੇ ਕਾਉਂਟੇਬਿਲਟੀ ਫਿਕਸ ਹੋਣੀ ਚਾਹੀਦੀ ਬਿਲਕੁਲ ਹੂੰ ਹੂੰ ਇਹਨੂੰ ਕਾਉਂਟੇਬਿਲਟੀ ਤਾਂ ਫਿਕਸ ਹੋਏਗੀ ਜੇ ਇਨਕੁਆਰੀ ਹੋਵੇ ਹੂੰ 1996 ਲੋਕ ਸਭਾ ਇਲੈਕਸ਼ਨ ਦੇ ਵੇਲੇ ਅਕਾਲੀ ਦਲ ਦਾ ਮੈਨੀਫੈਸਟੋ ਉਹ ਚੱਕੋ ਤੁਸੀਂ ਪਰੇ ਪ੍ਰੋਮਸ ਕੀਤਾ ਹੋਇਆ ਕਿ ਇਨਕੁਆਰੀਆਂ ਹੋਣਗੀਆਂ ਇਨਕੁਆਰੀਆਂ ਹੋਣਗੀਆਂ ਠੀਕ ਹੈ ਤਾਂ ਇਹਦੇ ਵਿੱਚ ਜਦੋਂ ਦੀ ਆਪ ਗਵਰਨਮੈਂਟ ਆਈ ਸੀ 2017 ਦੇ ਵਿੱਚ ਇਹਨਾਂ ਤੇ ਇੱਕ ਪਰਸੈਪਸ਼ਨ ਜਾਂ ਇਹ ਗੱਲ ਸੁੱਟੀ ਗਈ ਕਿ ਇਹ ਸਿਕ ਰੈਡੀਕਲਸ ਦੇ ਨਾਲ ਜਾਂ ਖਾਲਸਤਾਨੀ ਤੱਤਾਂ ਦੇ ਨਾਲ ਜੁੜੇ ਹੋਏ ਨੇ ਹਨਾ ਸਾਰਾ ਕੁਝ ਆਪਾਂ ਦੇਖਿਆ ਉਹ ਹੋਇਆ ਉਸ ਤੋਂ ਬਾਅਦ ਜਦੋਂ 2022 ਦੀਆਂ ਚੋਣਾਂ ਹੋਈਆਂ ਨੇ ਤਾਂ ਆਪ ਨੇ ਬੜੀ ਬਚਪਚਾ ਕੇ ਚੱਲੀ ਹੈ ਤੇ ਜਸਟ ਜਿਹੜਾ ਪ੍ਰੋਫੈਸਰ ਭੁੱਲਰ ਦਾ ਕੇਸ ਵੀ ਸੀ ਉਸ ਦੇ ਵਿੱਚ ਜਿਹੜੀ ਜਸਟਿਸ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਦੇ ਵਿੱਚ ਰਿਜੈਕਟ ਕਰਦੇ ਰਹੇ ਤਾਂ ਆਪ ਪਰ ਇੱਕ ਪਰਸੈਪਸ਼ਨ ਹੈ ਕਿ ਇਹ ਪ੍ਰੂ ਹਿੰਦ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਫੰਕਸ਼ਨਿੰਗ ਦੇ ਵਿੱਚ ਇਹਨੇ ਨਕੂਦਰ ਗੋਲੀਕਾਂਡ ਦੇ ਉੱਤੇ ਰੈਜ਼ੋਲੂਸ਼ਨ ਲੈ ਕੇ ਆਂਦਾ ਤਾਂ ਆਪਨੇ ਇਸ ਨੂੰ ਸਿਆਸੀ ਤੌਰ ਤੇ ਕੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ ਗੱਲ ਇਹ ਹੈ ਕਿ ਹੁਣ ਕੋਆਪਰੇਟਿਸ਼ਨ ਪੰਜਾਬ ਦੇ ਵਿੱਚ ਚੱਲ ਪਿਆ ਹਮ ਸਿੱਖ ਬੋਰਡ ਬੈਂਕ ਦਾ ਹਮ ਹਮ ਆਪ ਨੂੰ ਸਿੱਖ ਬੋਰਡ ਬੈਂਕ ਹੀ ਪਿਆ ਸੀ ਹਮ 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 ਬੇਸਿਕਲੀ ਜੇ ਲਿਆ ਜਾਵੇ ਤੁਸੀਂ ਸਾਰੇ ਸਟੱਡੀ ਕਰੋ ਅਨਲਾਈਜ਼ ਕਰੋ ਪਿਛਲੇ ਇਲੈਕਸ਼ਨ 17 ਦੇ ਵਿੱਚ ਵੀ ਤੇ 22 ਦੇ ਵਿੱਚ ਵੀ ਜੀ ਇਹਨਾਂ ਨੂੰ ਟੋਟਲ ਸਪੋਰਟ ਜਿਹੜੇ ਸਿੱਖ ਰੂਰਲ ਰੂਰਲ ਉੱਥੋਂ ਸਪੋਰਟ ਆਈ ਸੀਗੀ ਹੂੰ ਹੂੰ ਆ ਸਿੱਖ ਡਾਇਸਪੋਰਾ ਹੂੰ ਹੂੰ ਉਹ ਵੀ ਕੈਨੇਡਾ ਯੂ ਐਸ اے ਬਸਾਂ ਪਰ ਪਰ ਕੇ ਇਹਨਾਂ ਦੀ ਸਪੋਰਟ ਦੇ ਵਿੱਚ ਆਏ ਸੀ ਬਿਲਕੁਲ ਠੀਕ ਹੈ ਜੀ ਉਹ ਫਿਰ 17 ਜਦੋਂ ਮੋਗੇਵਾਲਾ ਰੌਲਾ ਪੈ ਗਿਆ ਤੇ ਇਹ ਡਰ ਗਏ ਉਸ ਤੋਂ ਬਾਅਦ ਹੂੰ ਹੂੰ ਜੀ ਹੁਣ ਗੱਲ ਫਿਰ ਚੱਲ ਪਈ ਹੂੰ ਹੂੰ ਬਈ ਸਿੱਖ ਵੋਟ ਬੈਂਕ ਕਿਵੇਂ ਹੁਣ ਦੁਬਾਰਾ ਲਾਲਾ ਲੜਾ ਕਿਉਂ ਤੇ ਸੰਗਰੂਰ ਲੋਕ ਸਭਾ ਇਲੈਕਸ਼ਨ ਦੇ ਵਿੱਚ ਹੂੰ ਉਹ ਵੋਟ ਬੈਗ ਇਹਨਾਂ ਦਾ ਫਿਰ ਕਿਸਕੇ ਦੂਜੇ ਪਾਸੇ ਚਲਾ ਗਿਆ ਉਹ ਕਾਲੀ ਦਾਲੇ ਵਾਲੇ ਪਾਸੇ ਤਾਂ ਗਿਆ ਨਹੀਂ ਸਰਨਜੀਤ ਮਾਨ ਨੂੰ ਜਿਤਾਤਾ ਉਸ ਵੋਟ ਬੈਗ ਹੁਣ ਅੱਗੇ ਹੁਣ ਮਾਨ ਸਾਹਿਬ ਤਾਂ ਉਸ ਤੋਂ ਅੱਗੇ ਤੁਰੇ ਹੀ ਨਹੀਂ ਨਾ ਉਹ ਤਾਂ ਲਿਮਿਟੇਸ਼ਨ ਆ ਪਤਾ ਹੈ ਉਹਨਾਂ ਨੇ ਉਸ ਤੋਂ ਅੱਗੇ ਤੁਰ ਨਹੀਂ ਤੁਰ ਨਹੀਂ ਜੀ ਉਹ ਪੁਰਾਣੀ ਇਤਿਹਾਸ ਆ ਉਹਨਾਂ ਦਾ ਬਿਲਕੁਲ ਠੀਕ ਉਹ ਅੱਗੇ ਤੁਰੇ ਨਹੀਂ ਸਕੇ ਤੇ ਉਸ ਤੋਂ ਬਾਅਦ ਉਹ ਵੋਟ ਬੈਗ ਕਿੱਥੇ ਜਾਏਗਾ ਹੂੰ ਕਾਲੀ ਦਲਬਾਤ ਵਾਪਸ ਤਾਂ ਨਹੀਂ ਸਕਦਾ ਬਿਲਕੁਲ ਠੀਕ ਹੈ ਕਿਉਂਕਿ ਕਾਲੀ ਦਲ ਨੇ ਕੋਈ ਸਟੈਪ ਨਹੀਂ ਲਿਆ ਰਵਾਈਵਲ ਵੱਲੋਂ ਪਾਸੇ ਜੀ ਜੀ ਤੇ ਉਹ ਵੋਟ ਬੈਂਕ ਹਵਾਰੇ ਵਿੱਚ ਤਾਂ ਰਹਿ ਨਹੀਂ ਸਕਦਾ ਮੇਰੇ ਖਿਆਲ ਹੈ ਕਿ ਉਸ ਵੋਟ ਪੈਕ ਨੂੰ ਮੁੜ ਕੇ ਆਪਣੇ ਆਪ ਲਾਉਣ ਵਾਸਤੇ ਇਹ ਡਿਜ਼ਾਈਨ ਚੱਲੇ ਤੇ ਤੁਹਾਨੂੰ ਲੱਗਦਾ ਕਿ ਜਿਹੜੀ ਇੱਕ ਜੋ ਅਮਰਿਤਪਾਲ ਐਕਟੀਵਿਟੀ ਕਰ ਰਹੇ ਨੇ ਪੰਜਾਬ ਦੇ ਵਿੱਚ ਉਹ ਇੱਕ ਲਗਾਤਾਰ ਸਿੱਖੀ ਇਸ਼ੂਜ਼ ਦੀ ਗੱਲ ਬੇਇਨਸਾਫੀ ਦੀ ਗੱਲ ਉਹ ਜਿਹੜਾ ਸਾਰਾ ਮਾਹੌਲ ਹੈ ਉਸਨੇ ਵੀ ਇਸ ਡਿਸੀਜਨ ਦੇ ਵਿੱਚ ਕੋਈ ਕੰਟ੍ਰਿਬਿਊਸ਼ਨ ਕੀਤਾ। ਨਹੀਂ ਮੈਨੂੰ ਕੋਈ ਨਵੀਂ ਗੱਲ ਤਾਂ ਉਹਨਾਂ ਜਿਹੜਾ ਏਜੰਡਾ ਉਹਨਾਂ ਦਾ ਹੈਗਾ ਕੋਈ ਨਵਾਂ ਇਸ਼ੂ ਤਾਂ ਲਿਆ ਨਹੀਂ ਉਹਨਾਂ ਨੇ। ਨਹੀਂ ਕਿਉਂਕਿ ਸਿੱਖਾਂ ਦਾ ਹੀ ਮੰਨਣਾ ਹੈ ਮਤਲਬ ਕਿ ਬਹੁਤ ਵੱਡੇ ਹਿੱਸੇ ਦਾ ਕਿ ਜਿਹੜੀ ਪੰਜਾਬ ਦੀ ਅਸੈਂਬਲੀ ਹੈ ਜਿਵੇਂ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ 'ਚ ਵੀ ਦੇਖਦੇ ਹਾਂ ਵੀ ਤਾਮਿਲਨਾਡੂ ਦੇ ਵਿੱਚ ਤਾਂ ਰੈਜ਼ੋਲੂਸ਼ਨ ਪੇਸ਼ ਹੋ ਜਾਂਦਾ ਹੈ। ਪਰ ਸਿੱਖ ਇਸ਼ੂ ਤੇ ਪਾਰਟਿਕੂਲਰਲੀ ਚਾਹੇ ਉਹ ਜਸਟਿਸ ਦਾ ਹੀ ਕਿਉਂ ਨਾ ਹੋਵੇ। ਪੰਜਾਬ ਦੀ ਅਸੈਂਬਲੀ ਕਦੇ ਵੀ ਉਦਾਂ ਅੱਗੇ ਵੱਧ ਕੇ ਨਹੀਂ ਆਉਂਦੀ ਕੇਪੀਐਸ ਗਿੱਲ ਨੂੰ ਵੀ ਕਿਉਂਕਿ ਇਹ ਇੰਟਰਸਟਿੰਗ ਫੈਕਟ ਹੈ ਕਿ ਕੇਪੀਐਸ ਗਿੱਲ ਨੂੰ ਵੀ ਇਸੇ ਹੀ ਸਦਰ ਨੇ ਟ੍ਰਿਬਿਊਟ ਦਿੱਤਾ ਤੇ ਜਿਹੜੀ ਅੱਜ ਰੈਜ਼ੋਲੂਸ਼ਨ ਇਹ ਪਾ ਰਹੀ ਹੈ ਤਾਂ ਤੁਸੀਂ ਕਿਦਾਂ ਮਤਲਬ ਕਿ ਉਹ ਜਿਹੜਾ ਪਰਸੈਪਸ਼ਨ ਹੈ ਸਿੱਖਾਂ ਦਾ ਕਿ ਸਾਡੀ ਪੰਜਾਬ ਦੀ ਗਵਰਨਮੈਂਟ ਦੇ ਲੈਵਲ ਤੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਇਹਦੇ ਨਾਲੋਂ ਕਿੰਨਾ ਕੁ ਡਿਲੀਊਟ ਹੋਇਆ ਨਹੀਂ ਆਪਾਂ ਪੁੱਲ ਜਾਣੇ 2012 ਦੇ ਇਲੈਕਸ਼ਨ ਤੋਂ ਪਹਿਲਾਂ ਕਾਰਜੇਦਾਲ ਨੇ ਅਸੈਂਬਲੀ ਦੇ ਵਿੱਚ ਆਨੰਦਪੁਰ ਸਾਹਿਬ ਦਾ ਮਤਾ ਵੀ ਪਾਸ ਕੀਤਾ ਸੀ ਹੂੰ 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 ਤੇ ਫਰਸ਼ਨ ਬਲੂ ਸਟਾਰ ਵੀ ਮਤਾਂ ਪਾਸ ਹੋਇਆ ਸੀ ਹੂੰ 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 ਠੀਕ ਉਹ ਜਦੋਂ ਇਹਨਾਂ ਨੂੰ ਸਿਆਸੀ ਲੋੜ ਹੁੰਦੀ ਹੈ ਇਹ ਪਾਰਟੀ ਕਿਉਂਕਿ ਉਹ ਕਸਟਮਰ ਹੀ ਹੁੰਦੀ ਐ ਐਕਸਰਸਾਈਜ਼ ਸਾਰੀ ਠੀਕ ਸਿਰ ਇਹ ਸੀਰੀਅਸਲੀ ਲਈ ਨਹੀਂ ਜਾਂਦੀ ਉਹਦਾ ਇਫੈਕਟ ਹੀ ਨਹੀਂ ਪੈਂਦਾ ਹੂੰ ਤੇ ਤੁਹਾਨੂੰ ਲੱਗਦਾ ਕਿ ਇਹ ਨਕੋਦਰ ਵਾਲਾ ਜਿਹੜਾ ਇਨਸੀਡੈਂਟ ਹੈ ਇਹ ਇੱਕ ਮਹਿਜ਼ ਸਿੰਬੋਲਿਜ਼ਮ ਹੈ ਜਾਂ ਇਸ ਤੋਂ ਬਾਅਦ ਵੀ ਕੋਈ ਜਸਟਿਸ ਦੀ ਉਮੀਦ ਕੀਤੀ ਜਾਣੀ ਜਾ ਸਕਦੀ ਹੈ ਨਹੀਂ ਮੈਂ ਦੇਖੋ ਜੇ ਉਹਨਾਂ ਨੇ ਇੱਕ ਸਟੈਪ ਲਿਆ ਹੈ ਤੇ ਉਹਨਾਂ ਨੂੰ ਅਗਲਾ ਸਟੈਪ ਵੀ ਲੈਣਾ ਚਾਹੀਦਾ ਹੈ ਕਿਉਂ ਮੇਰੇ ਕੋਲ ਇਨਫੋਰਮੇਸ਼ਨ ਤਾਂ ਕੋਈ ਨਹੀਂ ਵੀ ਅਗਲਾ ਲੈਣਗੇ ਕਿ ਨਹੀਂ ਇਹ ਕਰਕੇ ਮੈਂ ਕਹਿ ਨਹੀਂ ਸਕਦਾ ਲੇਕਿਨ ਜੇ ਇੱਕ ਸਟੈਪ ਲਿਆ ਤੇ ਮੇਰੇ ਖਿਆਲ ਅਗਲਾ ਸਟੈਪ ਲੈਣ ਦੇ ਵਿੱਚ ਕੋਈ ਹਰਜ ਨਹੀਂ ਤਾਂ ਤੁਸੀਂ ਜਿਵੇਂ ਬੜੀ ਇੰਟਰਸਟਿੰਗ ਐਨਾਲੋਜੀ ਦਸੀ ਕਿ ਜਦੋਂ 78 ਸੀਗਾ ਜਾਂ 86 ਸੀਗਾ ਜਾਂ 2015 ਸੀ ਤਾਂ ਅਕਾਲੀ ਗਵਰਨਮੈਂਟ ਸੀ ਤੇ ਬੇਅਦਬੀ ਦਾ ਮਸਲਾ ਸੀ ਜਸਟਿਸ ਤਿੰਨਾ ਚ ਹੀ ਨਹੀਂ ਮਿਲਿਆ ਇਹ ਕਿਉਂ ਮਤਲਬ ਕਿ ਇੱਕ ਮਹਿਜ਼ ਇਤਫਾਕ ਹੈ ਜਾਂ ਅਕਾਲੀ ਦਲ ਦੀ ਪ੍ਰੈਕਟਿਸ ਹੀ ਹੈ ਤੇ ਮੈਂ ਦੇਖੋ 78 ਦਾ ਬਸ ਡੀਪਲੀ ਸਟਡੀ ਕੀਤਾ ਹੈ ਹਮ ਹਾਂਜੀ ਤੇ ਮੈਂ 17 ਵੀ ਸਟਡੀ ਕੀਤਾ ਹੈ ਹਮ ਹਮ ਨਕੌਦਰ ਕਿਉਂਕਿ ਇਹ ਇੱਕ ਨਾਰਮਲ ਜਿਹੀ ਫਾਇਰਿੰਗ ਲਈ ਗਈ ਸੀਗੀ ਹਮ ਹਮ ਸੋ ਇਹ ਇਸ਼ੂ ਹੋਰ ਤਰ੍ਹਾਂ ਸੀ ਹਮ ਇਹਦਾ ਨਕੌਦਰ ਦਾ ਫਰਕ ਹੈ ਸਰ ਜੀ ਇਹ ਮਸਲਾ ਸਿਰਫ ਹਮ ਜਿਵੇਂ ਬੈਵਲ ਫਾਇਰਿੰਗ ਹਾਂ 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 ਵੀ ਉਹ ਸਕਿਲ ਤੇ ਨਹੀਂ ਸੀ ਗਿਆ ਉਹ ਨਹੀਂ ਬੈਵਲ ਬੈਵਲ ਫਾਇਰਿੰਗ ਇੱਕ ਇਨਸੀਡੈਂਟ ਹੈ ਸੈਕਰੀਲੇਜ ਦਾ ਜੀ 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 ਉਦੇ ਪਿੱਛੇ ਹੋਰ ਨੈਰੇਟਿਵ ਬਹੁਤ ਵੱਡਾ ਹੈ ਬਹੁਤ ਵੱਡਾ ਅ ਨਕੋਦਰ ਦੇ ਪਿੱਛੇ ਨੈਰੇਟਿਵ ਨਹੀਂ ਸੀਗਾ ਹਮ ਦਿਸ ਹੈਪਨਡ ਔਨ ਦਿਸ ਸਪੌਟ ਔਨ ਦਿਸ ਸਪੌਟ ਠੀਕ ਹੈ ਹਾਂਜੀ ਹਮ 78 ਦੇ ਪਿੱਛੇ ਨੈਰੇਟਿਵ ਬਹੁਤ ਵੱਡਾ ਹੈ ਹਮ ਇਹ ਇੱਥੇ ਫਰਕ ਹੈ ਫਰਕ ਠੀਕ ਹੈ ਹਾਂਜੀ ਠੀਕ ਹੈ ਹਮ ਹਮ ਇਸ ਪਾਸੋਂ ਦੇਖੋ ਇਹ ਸਾਰੀ ਗੱਲ ਨੂੰ ਜੀ ਫਿਰ ਉਹ ਗੱਲ ਸਮਝ ਆਉਂਦੀ ਹੈ ਓਕੇ ਓਕੇ ਤਾਂ ਤੁਸੀਂ ਕੀ ਸਮਝਦੇ ਹੋ ਫਿਰ ਅਕਾਲੀ ਦਲ ਦੀ ਹੁਣ ਕੀ ਪੋਜੀਸ਼ਨ ਬਚਦੀ ਹੈ ਮਤਲਬ ਕਿ ਇਹ ਸਾਰੇ ਮਸਲੇ ਤੇ ਅਕਾਲੀ ਦਲ ਜਿਹੜਾ ਉਹਨਾਂ ਦੀ ਸਰਕਾਰਾਂ ਵੀ ਰਹੀਆਂ ਨੇ ਹੁਣ ਇੱਕ ਹੋਰ ਪੰਥਕ ਇਸ਼ੂ ਹੈ ਜਿਸ ਦੇ ਉੱਤੇ ਆਪ ਨੇ ਇੰਟਰਵਿਨ ਕੀਤਾ ਤੇ ਤੁਸੀਂ ਅਕਾਲੀ ਦਲ ਦੀ ਪੋਜੀਸ਼ਨ ਇਹ ਕਿਦਾਂ ਦੇਖਦੇ ਹੋ ਗੱਲ ਇਹ ਹੈ ਕਿ ਮੈਂ ਮੈਨੂੰ ਅਕਾਲੀ ਦਲ ਨਾਲ ਗਾਲਾਂ ਪੜੀਆਂ ਕੱਢਦੇ ਫਿਰ ਜਦੋਂ ਮੈਂ ਗੱਲ ਕਰੇ ਕਹਿੰਦਾ ਵਾਰ-ਵਾਰ ਮੈਨੂੰ ਕਹਿਣੀ ਪੈਂਦੀ ਹੈ ਜੀ ਹੁਣ ਕਸੂਰਵਾਰ ਤਾਂ ਹੈਗੇ ਆ ਹਾਂਜੀ ਹਾਂਜੀ ਜੇ ਕਸੂਰਵਾਰ ਹੈਗੇ ਤੇ ਭਾਈ ਫਿਰ ਪੱਤੋਂ ਆਪ ਦਾ ਗੁਨਾਹ ਵੀ ਬਖਸ਼ਾਓ ਜੀ ਗੱਲ ਸਿਰਫ ਮਾਫੀ ਮੰਗਣ ਦੀ ਜੀ ਜੀ ਆਪਣੇ ਗੁਨਾਹ ਬਖਸ਼ਾਉਣ ਦੀ ਗੱਲ ਵੀ ਹੈ ਨਾ ਹੂੰ ਹੂੰ ਤੇ ਗੁਰਾਂ ਸਿਰਫ ਅਕਾਲ ਤਖਤ ਤੇ ਖੜ ਕੇ ਅਰਦਾਸ ਕਰਕੇ ਤਾਂ ਨਹੀਂ ਬਖਸ਼ਾਏ ਜਾ ਸਕਦੇ ਕੁਝ ਪਰਭਾਨੇ ਵੀ ਕਰਨੀ ਪੈਂਦੀ ਹੈ ਫਿਰ ਜੀ ਤੇ ਤੁਸੀਂ ਮੇਰਾ ਲਾਸਟ ਸਵਾਲ ਹੈ ਕਿ ਜਿਹੜਾ ਇਹ ਸਾਰਾ ਹੋ ਰਿਹਾ ਹੈ ਮਤਲਬ ਕਿ ਇਹ ਕੁਝ ਕੁਝ ਚੀਜ਼ਾਂ ਆਪਨੇ ਕੀਤੀਆਂ ਨੇ ਜਾਂ ਇਹ ਇਹ ਵੀ ਇਹ ਵੀ ਇੱਕ ਹੋ ਗਿਆ ਤੇ ਜਿਹੜਾ ਬਦਲਾ ਆਇਆ ਸੀਗਾ ਜਿਹੜਾ 2022 ਦਾ ਬਦਲਾ ਆਇਆ ਹਾਲਾਂਕਿ ਉਹਦੇ ਬੜੇ ਕਰੂਰ ਰੂਪ ਵੀ ਅਸੀਂ ਦੇਖੇ ਨੇ ਆ ਪਿਛਲੇ 1 ਸਾਲ ਦੇ ਵਿੱਚ ਪਰ ਉਹ ਸਾਰੇ ਦੇ ਬਾਪ ਚੂਜੇ ਜਿਹੜੀਆਂ ਇਹ ਚੀਜ਼ਾਂ ਕਾਫੀ ਧੀਰ ਤੋਂ ਹੋ ਰਹੀ ਸੀ ਪਾਰੀਆਂ ਕੁਝ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਅੱਗੇ ਨੂੰ ਪੁਸ਼ ਹੋਈਆਂ ਨੇ ਤੁਹਾਨੂੰ ਲੱਗਦਾ ਨਹੀਂ ਬਦਲਾ ਇੱਕ ਨਾਰਾ ਹਵਾ ਦੇ ਵਿੱਚ ਸੀ ਜੀ ਜਿਹੜੇ ਤੁਹਾਡੇ ਬੇਸਿਕ ਗਵਰਨੈਂਸ ਹੈ ਹੂੰ ਇਆ ਬੇਸਿਕ ਤੁਹਾਡੀ ਸਿਆਸਤ ਹੈ ਹੂੰ ਗੱਲ ਤਾਂ ਉਹਦੇ ਹੀ ਆ ਵੀ ਉਹ ਤੁਸੀਂ ਤੁਹਾਡੀ ਰੂਪ ਰੇਖਾ ਕੀ ਹੈ ਇਹਨਾਂ ਨੇ ਨਾਰਾ ਤਾਂ ਦਿੱਤਾ ਭਗਤ ਸਿੰਘ ਦਾ ਜੀ ਤੇ ਭਗਤ ਸਿੰਘ ਦੀ ਜਿਹੜੀ ਅਡਿਆਲੋਜੀ ਹੈ ਉੱਕੇ ਤੇ ਇਹ ਤਾਂ ਸਿਰਫ ਐਂਟੀ ਕ腐ਪਸ਼ਨ ਤੇ ਵਿਜੀਲੈਂਸ ਸਰਕਾਰ ਬਣ ਕੇ ਰਹਿ ਗਈ ਇਸ ਤੋਂ ਬਾਅਦ ਤਾਂ ਕੁਝ ਨਹੀਂ ਜੇ ਭਗਤ ਸਿੰਘ ਦਾ ਨਾਂ ਲੈਨੇ ਫਿਰ ਤੁਸੀਂ ਉਹਦੀ ਅਡਿਆਲੋਜੀ ਦੇ ਤੇ ਖੜੇ ਹੋਵੋ ਸਿਰਫ ਫੋਟੋ ਲਾ ਕੇ ਗੱਲ ਨਹੀਂ ਬੜਨੀ ਉਹਦੀ ਅਡਿਆਲੋਜੀ ਤਾਂ ਹਿਊਮਨਿਸਟਿਕ ਹੈ ਪ੍ਰੋ ਪੀਪਲ ਹੈ ਤੇ ਉੱਥੇ ਆਓ ਫਿਰ ਉੱਥੇ ਖੜੋ ਆਪਣੇ ਆਪ ਹੀ ਇਹ ਜਿਹੜੇ ਕ腐ਪਸ਼ਨ ਤੇ ਇਹ ਉਹ ਇਹ ਤਾਂ ਆਪਣੇ ਆਪ ਹੀ ਫਿਰ ਉਦੋਂ ਚ ਹੱਲ ਹੋ ਜਾਂਦੇ ਸਾਰੇ ਕੁਝ ਤੇ ਜਿਵੇਂ ਬਾਬਾ ਨਾਨਕ ਕਿਉਂ ਮਿਨਿਸਟਰੀ ਕੇ ਜੀ 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 ਤਾਂ ਬਿਲਕੁਲ ਮਤਲਬ ਕਿ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਵੇਂ ਪਹਿਲਾਂ ਕੁਲਤਾਰ ਸਿੰਘ ਸਾਧੂਆਂ ਦੇ ਹਵਾਲੇ ਨਾਲ ਇਹ ਗੱਲ ਆਉਂਦੀ ਸੀਗੀ ਕਿ ਕਿਤੇ ਨਾ ਕਿਤੇ ਆਪ ਦਾ ਇੱਕ ਸੈਕਸ਼ਨ ਜਿਹੜਾ ਹੈਗਾ ਐਸਜੀਪੀਸੀ ਜਿਹੜਾ ਪੰਥਕ ਪੋਲਿਟਿਕਸ ਤੇ ਵੀ ਅੱਖ ਰੱਖ ਰਿਹਾ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਇਦਾਂ ਦੇ ਇਸ਼ੂ ਨੂੰ ਪੁੱਟ ਕਰਕੇ ਜਿਹਦਾ ਇੱਕ ਨਕੋਦਰ ਗੋਲੀ ਕੰਨ ਦਾ ਡੈਸ਼ਪੂਰਾ ਦੇ ਵਿੱਚ ਇੱਕ ਸਿੰਬੋਲਿਜ਼ਮ ਹੈਗਾ ਜਾਂ ਇਦਾਂ ਦੇ ਹੋਰ ਇਸ਼ੂ ਕਰਕੇ ਇਹ ਜਿਹੜੀ ਆਪ ਆਪ ਦੀ ਗਵਰਨਮੈਂਟ ਹੈ ਉਹਦਾ ਕੁਝ ਹਿੱਸਾ ਜਾਂ ਉਹਨਾਂ ਦੇ ਪਲਾਂਟਡ ਬੰਦੇ ਜਾਂ ਉਹਨਾਂ ਦੇ ਬੈਕਡ ਬੰਦੇ ਪੰਥਕ ਪੋਲਿਟਿਕ ਨਹੀਂ ਇਹਦੇ ਕੋਈ ਮਾੜੀ ਗੱਲ ਨਹੀਂ ਜੀ ਆਉਣਾ ਚਾਹੁੰਦੇ ਹੋਣ ਤਾਂ ਹੂੰ ਹੂੰ ਐਸਜੀਪੀਸੀ ਕਨਸਟੀਟਿਊਸ਼ਨਲ ਬਾਡੀ ਹੈ ਹੂੰ ਹੂੰ ਤੇ ਹਰ ਸਿੱਖ ਦਾ ਰਾਈਟ ਹੈ ਇਸ ਇਲੈਕਸ਼ਨ 'ਚ ਖੜੇ ਹੋਣ ਦਾ ਤੇ ਵੋਟ ਪਾਉਣ ਦਾ ਜੀ ਤੇ ਭਾਵੇਂ ਕਿਸੇ ਪਾਰਟੀ ਨਾਲ ਸੰਬੰਧ ਰੋਗੇ ਹੂੰ ਹੂੰ ਜੀ ਹੁਣ ਇਹ ਅਕਾਰੇਦਲ ਡੋਮੀਨੇਟਡ ਐਸਜੀਪੀਸੀ ਉਹੀ ਹੈ ਜਿਨੇ ਬਰਗਾੜੀ ਦੇ ਮਾਮਲੇ ਤੇ ਚੁੱਪ ਰੱਖੀ ਹੂੰ ਹੂੰ ਕਹਿੰਦੇ ਪੰਥ ਕੈਰੈਕਟਰ ਤਾਂ ਉੱਥੇ ਹੀ ਫਿਰ ਐਕਸਪੋਜ਼ ਹੋ ਗਿਆ ਨਾ ਸੋ ਇਸ ਕਰਕੇ ਜੇ ਨਵਾਂ ਸੈਟਅਪ ਕੋਈ ਆਉਂਦਾ ਹੈ ਜਿਹੜਾ ਪੰਥਕ ਗੱਲ ਕਰੇ ਹੂੰ ਹੂੰ ਤੇ ਕੋਈ ਮਾਰੀ ਗੱਲ ਨਹੀਂ ਪਾਵੇ ਕਿਸੇ ਪਾਰਟੀ ਤੋਂ ਹੋਵੇ ਸਿੱਖ ਤਾਂ ਸਾਰੀਆਂ ਪਾਰਟੀਆਂ ਚ ਹੈ ਇੰਟਰਸਟਿੰਗ ਔਰ ਮੇਰੇ ਖਿਆਲ ਦੇ ਵਿੱਚ ਹੁਣ ਆਪਦੇ ਅਵਰਤਾਰੀ ਐਮਐਲਏ ਜ਼ਿਆਦਾ ਹੈਗੀ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਹੂੰ ਸੋ ਇਹ ਫਰਕ ਹੈ ਨਾ ਕਰਕੇ ਕਾਂਗਰਸ ਨੂੰ ਵੀ ਰਾਈਟ ਹੈ ਹੂੰ ਇਹਨਾਂ ਨੂੰ ਵੀ ਰਾਈਟ ਹੈ ਇਹ ਠੀਕ ਹੈ ਕਿ ਗੁਰਦੁਆਰਿਆਂ ਦੀ ਆਜ਼ਾਦੀ ਦੀ ਤਹਿਰੀਕ ਹੂੰ ਅਕਾਲੀ ਦਲ ਨੇ ਉਹ ਅਕਾਲੀ ਦਲ ਦੀ ਹੈ ਹੂੰ ਉਹ ਵਿਰਸ ਉਹ ਇਹ ਵਾਰਸ ਹੈ ਉਸ ਤਰੀਕ ਦੇ ਹੂੰ ਤੇ ਐਸਡੀਪੀ ਸੀ ਦੇ ਵਾਰਸ ਹੈਗੇ ਹਨ ਲੇਕਿਨ ਜੇਰੋਂ ਤੁਸੀਂ ਆਪਣਾ ਬੇਸਿਕ ਕੈਰੈਕਟਰੀ ਡਿਲੂਟ ਕਰ ਦਿਓ ਖੁਦ ਹੀ ਆਪਣੇ ਸਿਆਸੀ ਮਫਾਦ ਹਾਸਤੇ ਫਿਰ ਬਾਕੀ ਸਿੱਖਾਂ ਨੂੰ ਵੀ ਰਾਈਟ ਹੈ ਕਿ ਉਹ ਤੁਹਾਨੂੰ ਉੱਥੇ ਬਦਲ ਦੇਣ ਜੀ ਧੰਨਵਾਦ ਬਹੁਤ-ਬਹੁਤ ਇਸਨ ਸੀਨੀਅਰ ਜਰਨਲਿਸਟ ਜਗਤਾਰ ਸਿੰਘ ਜਿਨ੍ਹਾਂ ਨੇ ਨਕੋਦਰ ਗੋਲੀ ਕਾਣ ਦੇ ਬਾਬਤ ਜੋ ਆਪ ਗਵਰਨਮੈਂਟ ਨੇ ਰੈਜ਼ੋਲੂਸ਼ਨ ਪਾਸ ਕੀਤੀ ਐ ਅਸੈਂਬਲੀ ਦੇ ਵਿੱਚ ਉਸ ਤੇ ਜਿਹੜੇ ਸਿਆਸੀ ਪੱਖ ਨੇ ਉਹ ਸਾਰੇ ਦੇ ਨਾਲ ਜਿਹੜਾ ਸਮੁੱਚਾ ਜਸਟਿਸ ਦਾ ਸਵਾਲ ਹੈ ਉਹ ਸਾਰੇ ਪੀਰੀਅਡ ਦਾ ਉਸ ਨੂੰ ਉਠਾਇਆ ਹੈਗਾ ਤੇ ਉਮੀਦ ਕੀਤੀ ਜਾਣੀ ਚਾਹੀਦੀ ਐ ਜਿੱਥੇ ਇੱਕ ਸਟੈਪ ਗਵਰਨਮੈਂਟ ਨੇ ਲਿਆ ਪਹਿਲਾਂ ਤਾਂ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਜਿਹੜੀ ਇਨਕੁਆਇਰੀਜ਼ ਨੇ ਜਾਂ ਜਸਟਿਸ ਤੱਕ ਲੈ ਕੇ ਜਾਇਆ ਜਾਊਗਾ ਦੂਸਰਾ ਇਹ ਐ ਕਿ ਜਿਹੜਾ ਇਹਦਾ ਸਾਰਾ ਸਮੁੱਚੇ ਦਾ ਜਿੰਮੇਸਰ ਨੇ ਗੱਲ ਕੀਤੀ ਐ ਕਿ ਜਿੰਨੇ ਵੀ ਲੋਕ ਅਫੈਕਟਡ ਹੋਏ ਨੇ 35000 40000 ਜੋ ਵੀ ਫਿਗਰ ਹੈ ਉਹ ਸਾਰਿਆਂ ਦੇ ਲਈ ਇੱਕ ਇਸ ਕਿਸਮ ਦੀ ਜਿਹੜੀ ਟ੍ਰਿਬਿਊਟ ਹੈ ਉਹ ਪੰਜਾਬ ਅਸੈਂਬਲੀ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਉਮੀਦ ਹੈ ਕਿ ਇੱਕ ਨਵੀਂ ਸ਼ੁਰੂਆਤ ਜ਼ਰੂਰ ਹੋਈ ਹੈ ਤੇ ਕਾਰਵਾ ਅੱਗੇ ਤੱਕ ਜਾਏਗਾ